ਹੈਲੋ ਹਾਂਜੀ ਹੋਰ ਜੀ ਕਿਵੇਂ ਹੋ ਹੀ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਅੱਜ ਦੀ ਵੀਡੀਓ ਦੇ ਵਿੱਚ ਹੀ ਅੱਜ ਦੀਆਂ ਖਬਰਾਂ ਦੇ ਵਿੱਚ ਹੀ ਆਪਾਂ ਤੁਹਾਨੂੰ ਦਵਾਂਗੇ ਅੱਜ ਦੀਆਂ ਕੁਝ ਨਿਊ ਖਬਰਾਂ ਤੇ ਖਾਸ ਖਬਰਾਂ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਈ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਤੁਸੀਂ ਸੁਣ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਨਾਲ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਜੇ ਤੁਹਾਨੂੰ ਵੀਡੀਓ ਸਹੀ ਲੱਗਦੀ ਆਈ ਕੁਝ ਸਿੱਖਣੇ ਨੂੰ ਮਿਲਦਾ ਜੇ ਤੁਹਾਨੂੰ ਸਾਡੀ ਅਪਡੇਟ ਵਧੀਆ ਲੱਗਦੀ ਆ ਵੀ ਜਿਹੜੀ ਅਸੀਂ ਆਪਾਂ ਤੁਹਾਡੇ ਲਈ ਜਿਹੜੀ ਅਪਡੇਟ ਲੈ ਕੇ ਆਉਂਦੇ ਆਂ ਕੁਝ ਖਬਰਾਂ ਲੈ ਕੇ ਆਉਂਦੇ ਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੇ ਕਰੋ ਇਹਦੇ ਨਾਲ ਹੀ ਇੱਕ ਕੰਫੀਡੈਂਸੇ ਮਿਲਦਾ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਆਂ ਤੇ ਸਭ ਤੋਂ ਪਹਿਲਾਂ ਇਹ ਆਪਾਂ ਗੱਲ ਕਰਦੇ ਆਂ ਇਟਲੀ ਤੋਂ ਹੀ ਜਿਹੜੀ ਹੁਣ ਤੱਕ ਜਿਹੜੀ ਵੈਕਸੀਨ ਆ ਤਾਂ ਇਹ ਜਿਹੜੀ ਪਹਿਲੀ ਡੋਜ਼ ਆ ਇਟਲੀ ਦੇ ਵਿੱਚ ਹੀ 14 ਲੱਖ ਤੋਂ ਉੱਪਰ ਲੋਕਾਂ ਨੂੰ ਦੇ ਦਿੱਤੀ ਚੁੱਕੀ ਆ ਵੀ ਦੇ ਚੁੱਕੇ ਆਂ ਇਹ 14 ਲੱਖ ਤੋਂ ਉੱਪਰ ਤੇ ਜਿਹੜਾ ਦੂਜੀ ਡੋਜ਼ ਦਾ ਪ੍ਰੋਸੈਸਾ ਤਾਂ ਯੂਹੂ ਪ੍ਰਸਾਸੀ ਤਕਰੀਬਨ 1 ਲੱਖ ਤੋਂ ਉੱਪਰ ਲੋਕਾਂ ਨੂੰ ਦੇ ਦਿੱਤਾ ਗਿਆ ਦੂਜੀ ਡੋਜ਼ ਵੀ 1 ਲੱਖ ਤੋਂ ਉੱਪਰ ਜਿਹੜੀ ਦੇ ਦਿੱਤੀ ਗਈ ਹੈ ਇਟਲੀ ਦੇ ਵਿੱਚ ਜੇ ਜਿਵੇਂ ਹੀ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀ ਹੁਣ ਫੀਜ਼ਰ ਵੈਕਸੀਨ ਆ ਵੀ ਉਹਦੀ ਜਿਵੇਂ ਡੋਜ਼ ਘਟ ਗਈਆਂ ਸੀਗੀਆਂ ਤਾਂ ਹੁਣ ਉਹ ਵੀ ਜਿਹੜਾ ਹੀ ਡੋਜ਼ ਉਹਨਾਂ ਦੀਆਂ ਵੀ ਹੁਣ ਪ੍ਰੋਪਰ ਸਹੀ ਜੜੀਆਂ ਹੈਗੀਆਂ ਹੀ ਹੁਣ ਦੁਬਾਰਾ ਮੁੜ ਕੇ ਫੇਰ ਉਦਾਂ ਹੀ ਜੜੀਆਂ ਡੋਜ਼ ਆਉਣ ਲੱਗੀਆਂ ਵੀ ਉਹਦੇ ਵਿੱਚ ਵੀ ਹੁਣ ਕੋਈ ਜ਼ਿਆਦਾ ਰੁਕਾਵਟ ਨਹੀਂ ਆ ਰਹੀ ਤੇ ਉਹਦੇ ਕਰਕੇ ਜਿਹੜਾ ਹੀ ਪ੍ਰੋਸੈਸਿੰਗ ਬਹੁਤ ਤੇਜ਼ ਚੱਲ ਰਹੀ ਹੈ ਇਹ ਇਟਲੀ ਦੀ तकरीबन ਜਿਹੜੀ 14 ਲੱਖ ਤੋਂ ਉੱਪਰ ਇਟਲੀ ਦੇ ਵਿੱਚ ਪਹਿਲੀ ਡੋਜ਼ ਦੇ ਦਿੱਤੀ ਗਈ ਆ ਤੇ ਦੂਜੀ ਡੋਜ਼ ਵੀ ਜਿਹੜੀ 1 ਲੱਖ ਤੋਂ ਉੱਪਰ ਦਿੱਤੀ ਗਈ ਹੈ ਇਹ ਸਾਰੀ ਦੁਨੀਆ ਦੀ ਗੱਲ ਕਰੀ ਗਈ ਇਸ ਤੋਂ ਬਾਅਦ ਹੀ ਪੀਜ਼ਾ ਇਟਲੀ ਦਾ ਜਿਹੜਾ ਕਿ ਮਸ਼ਹੂਰ ਮੰਨਿਆ ਜਾਂਦਾ ਤਾਂ ਸਾਰੀ ਦੁਨੀਆ ਦੇ ਵਿੱਚ ਤਕਰੀਬਨ ਦੱਸਿਆ ਜਾ ਰਹੀ 44 ਕੰਟਰੀਆਂ ਦੇ ਵਿੱਚ ਪਹਿਲੇ ਨੰਬਰ ਤੇ ਆਈ ਆਪਣਾ ਇਟਲੀ ਦਾ ਪੀਜ਼ਾ ਜਿਹੜੇ ਕੀ ਇੰਨੀ ਜ਼ਿਆਦਾ ਸਰਚਿੰਗ ਕੀਤੀ ਗਈ ਹੈ ਇਹਦੇ ਤੇ ਸਰਚ ਮਰੀ ਗਈ ਹੈ ਇਹ ਦਿਨਾਂ ਦੇ ਵਿੱਚ ਵੀ ਪੀਜ਼ਾ ਆਰਡਰ ਕੀਤਾ ਹੀ ਲੋਕਾਂ ਨੇ ਇਸ ਤੋਂ ਬਾਅਦ ਗੱਲ ਕਰੀ ਇ ਵਾਈਨ ਦੀ ਤਾਂ ਵਾਈਨ ਦਾ ਵੀ ਬਹੁਤ ਜ਼ਿਆਦਾ ਵੀ ਰਿਕਾਰਡ ਜਿਹੜੇ ਬਣੇ ਆਈ 2019 ਦੇ ਵਿੱਚ 2000 ਬੀ ਦੇ ਨਾਲੋਂ ਤਕਰੀਬਨ ਦੱਸਿਆ ਜਾ ਰਿਹਾ ਹੈ 500 ਮਿਲੀਅਨ ਤੋਂ ਉੱਪਰ ਜਿਵੇਂ ਕਿ 2019 ਦੇ ਨਾਲੋਂ ਹੀ 2020 ਦੇ ਵਿੱਚ ਜਿਹੜੀ ਲੋਕਾਂ ਨੇ ਜਿਵੇਂ ਵਿਕਰੀ ਕੀਤੀ ਹੈ ਇਹਦੀ 2.8 ਵਧੀ ਗਈ 2020 ਦੇ ਵਿੱਚ 2019 ਦੇ ਨਾਲੋਂ ਇਦੇ ਵਿੱਚ ਇਹ ਵੀ ਹੋਇਆ ਵੀ ਜਿਵੇਂ ਹੀ ਆਪਾਂ ਕਹਿ ਦਿੰਦੇ ਆਂ ਵੀ ਜਿਵੇਂ ਅਲਕੋਹਲ ਦੇ ਨਾਲ ਵੀ ਜਿਹੜਾ ਕੋਵਿਡ-19 ਵੀ ਹੁੰਦਾ ਨਹੀਂ ਹੈਗਾ ਤਾਂ ਉਹ ਹੀ ਸਾਬਾਈ ਵੀ ਉਹਦੇ ਕਰਕੇ ਵੀ ਜਿਹੜੀ ਅਲਕੋਹਲ ਦੀ ਵਿਕਰੀ ਹੋਈ ਆਈ ਉਹ 2019 ਦੇ ਵਿੱਚ ਵੀ 2018 ਦੇ ਨਾਲੋਂ ਵੀ ਵੱਧ ਹੋਈ ਆ 2018 ਦੇ ਨਾਲੋਂ 2019 ਦੇ ਵਿੱਚ ਵੀ ਵੱਧ ਹੋਈ ਆ ਤੇ ਹੁਣ 2019 ਦੇ ਨਾਲੋਂ 2020 ਦੇ ਵਿੱਚ ਹੋਰ ਜ਼ਿਆਦਾ ਵੱਧ ਹੋਈ ਆ ਵੀ ਉਹਦੇ ਕਰਕੇ ਵੀ ਅਲਕੋਹਲ ਵੀ ਕੋਵਿਡ 19 ਕਰਕੇ ਵੀ ਕਹਿ ਰਹੇ ਆ ਵੀ ਜਿਹੜਾ ਹੀ ਵੀ ਪਲੱਸ ਪੁਆਇੰਟ ਆ ਵੀ ਸਹੀ ਆ ਵੀ ਅਲਕੋਹਲ ਬਿਲਕੁਲ ਨਾਲ ਜਿਹੜਾ ਕੋਵਿਡ 19 ਵੀ ਫੈਲਦਾ ਨਹੀਂ ਹੈਗਾ ਵੀ ਇਹੀ ਸੋਚ ਆਈ ਜ਼ਿਆਦਾਤਰ ਆਪਣੇ ਬੰਦੀਆਂ ਦੀ ਵੀ ਤੇ ਬਾਕੀ ਜਿਵੇਂ ਜਿਵੇਂ ਹੁਣ ਆਪਾਂ ਜਿਹੜਾ ਅਲਕੋਹਲ ਜਿਵੇਂ ਵਰਤਦੇ ਆ ਜਿਵੇਂ ਸੈਨੀਟਾਈਜ਼ਰ ਹੋਊਗੀ ਤਾਂ ਉਹਨਾਂ ਦੇ ਵਿੱਚ ਵੀ ਅਲਕੋਹਲ ਹੁੰਦਾ ਹੀ ਆ ਤੇ ਕੁਝ ਹੱਦ ਤੱਕ ਇਹ ਸਹੀ ਵੀ ਆ ਜੇ ਆਪਾਂ ਦਵਾਈ ਦੇ ਤੌਰ ਤੇ ਲੰਦਿਆਂ ਵੀ ਜੇ ਆਪਾਂ ਓਵਰ ਓਵਰ ਜ਼ਿਆਦਾ ਚੱਲਦੇ ਆ ਫੇਰ ਤਾਂ ਚਲੋ ਸਾਈਡ ਇਫੈਕਟ ਹੈਗੇ ਹੀ ਆ ਤੇ ਜਿਹੜੀ ਆਪਾਂ ਇਹ ਗੱਲ ਵਿਕਰੀ ਦੀ ਜਿਵੇਂ ਆਪਾਂ ਨੇ ਤੁਹਾਨੂੰ ਵਿਕਰੀ ਦੱਸੀ ਆ ਵੀ 2019 ਦੇ ਨਾਲੋਂ ਹੀ 2020 ਦੇ ਵਿੱਚ ਅਲਕੋਹਲ ਦੀ ਵਿਕਰੀ ਕਾਫੀ ਜ਼ਿਆਦਾ ਹੋਈ ਹੈ ਵਾਈਨ ਦੀ ਤੇ ਇਸ ਤੋਂ ਬਾਅਦ ਚੱਲਦੇ ਆਂ ਜੀ ਨੈਕਸਟ ਖਬਰ ਵੱਲ ਜਿਹੜੀ ਨੈਕਸਟ ਖਬਰ ਆਈ ਉਹ ਹੈਗਾ ਮਨੈਰਵੀਓ ਪਿੰਡ ਜ਼ਿਲ੍ਹਾ ਬਰੇਸ਼ੀਆ ਤੋਂ ਜਿੱਥੇ ਇੱਕ 37 ਸਾਲ ਦੇ ਬੰਦੇ ਦੇ ਘਰ ਪੁਲਿਸ ਇੱਕ ਗੁੱਡ ਨਿਊਜ਼ ਕਹਿ ਸਕਦੇ ਆਂ ਜਾਂ ਆਪਾਂ ਵਧੀਆ ਨਿਊਜ਼ ਲੈ ਕੇ ਆਈ ਸੀ ਕਿ ਮਤਲਬ ਕੀ ਉਹਨੂੰ ਸਪੈਸ਼ਲ ਸਰਵਿਸ ਦੇ ਵਿੱਚ ਕੰਮ ਕਰਨ ਦੇ ਲਈ ਕਿਹਾ ਗਿਆ ਸੀਗਾ ਪਰ ਜਦੋਂ ਪੁਲਿਸ ਘਰ ਦੇ ਵਿੱਚ ਆਈ ਤਾਂ ਹੀ ਉਹਨਾਂ ਨੂੰ ਵਾਈਟ ਜਿਹੜਾ ਪਾਊਡਰ ਆਈ ਉਹਦੇ ਨਿਸ਼ਾਨ ਮਿਲੇ ਤੇ ਬੰਦੇ ਨੇ ਕਿਹਾ ਵੀ ਉਹ ਪੀਜ਼ਾ ਬਣਾ ਰਿਹਾ ਸੀਗਾ ਤੇ ਪਰ ਜਦੋਂ ਪੁਲਿਸ ਨੇ ਪਰ ਜਦੋਂ ਹੀ ਪੁਲਿਸ ਨੇ ਚੈਕਿੰਗ ਕੀਤੀ ਤਾਂ ਹੀ ਉਹ ਜਿਹੜੀ ਕੋਕੈਨ ਸੀਗੀ ਤਾਂ ਉਹ ਪੀਜ਼ਾ ਜਿਹਨੂੰ ਉਹ ਪੀਜ਼ਾ ਦੱਸ ਰਿਹਾ ਸੀਗਾ ਵੀ ਮੈਂ ਪੀਜ਼ਾ ਬਣਾ ਰਿਹਾ ਸੀਗਾ ਤਾਂ ਹੀ ਉਹ ਕੋਕੈਨ ਦਾ ਕੰਮ ਕਰਦਾ ਸੀਗਾ ਤੇ ਉਸੇ ਟਾਈਮ ਪੁਲਿਸ ਨੇ ਇਹਨੂੰ ਅਰੈਸਟ ਕਰ ਲਿਆ ਤੇ ਦੱਸਿਆ ਜਾ ਰਿਹਾ ਜਿਹੜਾ ਕੈਸ਼ ਮਿਲੇ ਆਈ ਘਰ ਤੋਂ ਉਹ 4500 ਯਰੋ ਤੋਂ ਉੱਪਰ ਜਿਹੜਾ ਇਹ ਕੈਸ਼ ਮਿਲੇ ਆ ਤੇ ਜਿਹੜੀ ਕੋਕੈਨ ਕੋਕੈਨ ਜਿਹੜਾ ਇਹ ਉਹਦਾ ਪ੍ਰਾਈਸ ਦੱਸਿਆ ਜਾ ਰਿਹਾ ਹੈ ਤਕਰੀਬਨ 4200 ਯਰੋ ਉਹਦੀ ਕੀਮਤ ਦੱਸੀ ਜਾ ਰਹੀ ਹੈ ਇਹ ਕੋਕੈਨ ਦੀ ਤੇ ਹੁਣ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਸਾਰੀ ਦੁਨੀਆ ਦੇ ਵਿੱਚ ਜਿਹੜੇ ਹੁਣ ਕੋਵਿਡ-19 ਦੇ ਜਿਹੜੇ ਕੇਸ ਆਈ ਉਹ ਕਿੰਨੇ ਹੋ ਚੁੱਕੇ ਆ ਤੇ ਹੁਣ ਤੱਕ ਕਿੰਨੀਆਂ ਦੀਆਂ ਡੈਥ ਹੋ ਚੁੱਕੀਆਂ ਆਈ ਆ ਔਲ ਵਰਲਡ ਦੇ ਵਿੱਚ ਤਾਂ ਗੱਲ ਕਰੀਏ ਸਾਰੀ ਦੁਨੀਆ ਦੇ ਵਿੱਚ ਜਿਹੜੇ ਟੋਟਲ ਕੇਸ ਆ ਤਾਂ ਇਹ 9 ਕਰੋੜ 90 ਲੱਖ ਤੋਂ ਉੱਪਰ ਜਿਹੜੇ ਹੋ ਚੁੱਕੇ ਆ ਤੇ ਹੁਣ ਤੱਕ ਜਿਹੜੀ ਡੈਥ ਹੋਈ ਆਈ ਔਲ ਵਰਲਡ ਦੇ ਸਾਰੀ ਦੁਨੀਆ ਦੇ ਵਿੱਚ ਤਕਰੀਬਨ 21 ਲੱਖ 29000 403 ਬੰਦੇ ਦੀ ਡੈਥ ਹੋ ਚੁੱਕੀ ਆਈ ਤੇ ਇਹਦੇ ਵਿੱਚ ਜਿਹੜੇ ਸਭ ਤੋਂ ਵੱਧ ਜਿਵੇਂ ਡੈਥ ਹੋਈ ਹੈ ਜਾਂ ਜਿਹੜਾ ਸਭ ਤੋਂ ਵੱਧ ਹੀ ਆਪਾਂ ਕੇਸ ਕਹਿ ਸਕਦੇ ਆ ਤਾਂ ਯੂ ایس اے ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਉਸ ਤੋਂ ਬਾਅਦ ਹੀ ਇੰਡੀਆ ਤੇ ਫਿਰ ਬ੍ਰਾਜ਼ੀਲ ਤੇ ਫਿਰ ਰੂਸ ਤੇ ਉਸ ਤੋਂ ਬਾਅਦ ਹੀ ਯੂ ਕੇ ਵੀ ਆ ਜਾਂਦਾ ਤੇ ਯੂ ਕੇ ਦੇ ਵਿੱਚ ਵੀ ਕਾਫੀ ਜ਼ਿਆਦਾ ਡੈਥ ਹੋਈਆਂ ਤੇ ਕੰਟਰੀ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਜ਼ਿਆਦਾ ਜਿਹੜੀਆਂ ਡੈਥ ਯੂ ਕੇ ਦੇ ਵਿੱਚ ਹੋ ਚੁੱਕੀਆਂ ਵੀ ਪੋਪੂਲੇਸ਼ਨ ਘਟਾ ਵੀ ਜਿਵੇਂ ਯੂ ਕੇ ਦੀ ਤਾਂ ਉਹਦੇ ਸਾਹਬ ਦੇ ਨਾਲ ਕਾਫੀ ਜ਼ਿਆਦਾ ਡੈਥ ਹੋਈਆਂ ਯੂਕੇ ਦੇ ਵਿੱਚ ਤੇ ਇਸ ਤੋਂ ਬਾਅਦ ਗੱਲ ਕਰੀ ਜੀ ਆਪਾਂ ਅਗਲੇ ਅਪਡੇਟ ਦੀ ਤਾਂ ਚੱਲਦੀਆਂ ਹੁਣ ਨੈਕਸਟ ਅਪਡੇਟ ਵੱਲ ਜਿਹੜਾ ਨੈਕਸਟ ਅਪਡੇਟ ਆ ਇਹ ਉਹ ਯੂਐਸਏ ਤੋਂ ਆ ਰਿਹਾ ਤੇ ਯੂਐਸਏ ਨੇ ਹੁਣ ਜੜੀਆਂ ਫਲਾਈਟਾਂ ਹੀ ਆਪਣੀਆਂ ਉਹ ਯੂਰਪ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਵੀ ਜੇ ਕੋਈ ਯੂਰਪ ਤੋਂ ਹੁਣ ਤੁਸੀਂ ਯੂਐਸਏ ਜਾਣਾ ਚਾਹੁੰਦੇ ਆ ਤਾਂ ਜਾ ਨਹੀਂ ਸਕਦੇ ਤੇ ਸਿਰਫ ਉਹੀ ਜਾ ਆ ਸਕਦੇ ਆ ਜਿਹੜੇ ਯੂਐਸਏ ਦੇ ਸਿਟੀ ਜਨਾਂ ਤਾਂ ਉਹਨਾਂ ਦੇ ਲਈ ਓਪਨ ਆ ਵੀ ਉਹ ਜਾ ਆ ਸਕਦੇ ਆ ਤੇ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਅਸਟਰੀਆ ਦੀ ਤਾਂ ਅਸਟਰੀਆ ਦੇ ਵਿੱਚ ਜਿਵੇਂ ਹੀ ਹੁਣ ਜਿਹੜਾ ਮਾਸਕ ਆਈ ਐਫਐਫਪੀ2 ਮਾਸਕ ਜਿਹੜਾ ਇਹ ਉਹ ਆਬਲੀ ਕੋ ਕਰ ਦਿੱਤਾ ਗਿਆ ਹੀ ਜ਼ਰੂਰੀ ਕਰ ਦਿੱਤਾ ਗਿਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹਾਂ ਵੀ ਕਿੱਦਾਂ ਦਾ ਮਾਸਕ ਹੁੰਦਾ ਇਹ 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 ਇਦਾਂ ਦਾ ਮਾਸਕ ਹੁੰਦਾ ਜਿਹੜਾ ਕਿ ਤੁਹਾਨੂੰ ਪਬਲਿਕ ਪਲੇਸ ਤੇ ਪਾਉਣਾ ਜਾਂ ਤੁਸੀਂ ਬਸ ਤੇ ਵਿੱਚ ਜਾ ਰਹੇ ਹੋ ਟ੍ਰਾਂਸਪੋਰਟ ਤੇ ਵਿੱਚ ਜਾ ਰਹੇ ਹਾਂ ਤਾਂ ਉਦੋਂ ਜਿਹੜਾ ਤੁਹਾਡੇ ਮਾਸਕ ਆ ਇਹ ਲੱਗਿਆ ਹੋਣਾ ਚਾਹੀਦਾ ਤੇ ਜਿਵੇਂ ਹੀ ਉੱਥੇ ਹੁਣ ਸਟਰੀਆਂ ਦੇ ਵਿੱਚ ਲੋਕਡਾਊਨ ਚੱਲ ਰਿਹਾ ਤਾਂ ਦੱਸਿਆ ਜਾ ਰਿਹਾ ਹੀ ਕੋਈ ਜ਼ਿਆਦਾ ਇੰਨਾ ਜਿੰਨਾ ਫਰਕ ਪੈਣਾ ਚਾਹੀਦਾ ਵੀ ਉਨਾ ਫਰਕ ਪੈ ਨਹੀਂ ਰਿਹਾ ਤੇ ਜਿਹੜਾ ਹੀ ਤੁਹਾਨੂੰ ਡਿਸਟੈਂਸ ਰੱਖਣਾ ਤੁਸੀਂ ਤਕਰੀਬਨ 2 ਮੀਟਰ ਦਾ ਡਿਸਟੈਂਸ ਰੱਖਣਾ ਜੇ ਤੁਸੀਂ ਕਿਸੇ ਬੰਦੇ ਦੇ ਜਿਵੇਂ ਆਪਣੇ ਇਕੱਠ ਮੱਠ ਵਾਲੀ ਜਗ੍ਹਾ ਦੇ ਵਿੱਚਾਂ ਜਾਂ ਤੁਸੀਂ ਕੋਈ ਬਾਹਰ ਰੈਸਟੋਰੈਂਟ ਦੇ ਵਿੱਚਾਂ ਤਾਂ ਤੁਹਾਡਾ ਜਿਹੜਾ ਆਪਸ ਦਾ ਡਿਸਟੈਂਸ ਆ ਤਾਂ 2 ਮੀਟਰ ਦਾ ਡਿਸਟੈਂਸ ਤੁਹਾਡੇ ਵਿੱਚ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਤੁਸੀਂ ਗੱਡੀ ਦੇ ਵਿੱਚ ਆਪਣੇ ਫਰੈਂਡ ਸਰ ਤੁਹਾਡੇ ਫਰੈਂਡ ਨਾਲ ਤੁਸੀਂ ਆਪਣੇ ਜਾ ਰਹੇ ਆ ਵੀ ਕੋਈ ਜਿਵੇਂ ਤੁਹਾਡੇ ਘਰ ਦਾ ਬੰਦਾ ਨਹੀਂ ਹੈਗਾ ਤੁਹਾਡੇ ਨਾਲ ਵੀ ਤੁਹਾਡਾ ਰੈਜ਼ਿਡੈਂਸ ਦਾ ਸੇਮ ਨਹੀਂ ਹੈਗਾ ਤਾਂ ਤੁਹਾਡੇ ਲਈ ਜਿਹੜਾ ਮਾਸਕ ਆਈ ਉਹ ਪਾਉਣਾ ਗੱਡੀ ਦੇ ਵਿੱਚ ਵੀ ਜ਼ਰੂਰੀ ਆ ਕਿਤੇ ਕਿਤੇ ਇਹ ਜਿਹੜਾ ਮਾਸਕ ਆ ਇਹ ਫ੍ਰੀ ਵੀ ਦਿੱਤਾ ਜਾਂਦਾ ਹੈ ਤੇ ਨਹੀਂ ਇਹਦਾ ਜਿਹੜਾ ਪ੍ਰਾਈਸ ਆਈ ਤਕਰੀਬਨ ਦੱਸਿਆ ਜਾ ਰਿਹਾ ਹੈ ਵੀ ਅਸਟਰੀਆ ਦੇ ਵਿੱਚ ਤਕਰੀਬਨ 58 ਸੈਂਟ ਇਹਦਾ ਪ੍ਰਾਈਸ ਦੱਸਿਆ ਜਾ ਰਿਹਾ ਜੀ ਮਾਸਕ ਦਾ ਤੇ ਇਸ ਤੋਂ ਬਾਅਦ ਇਹ ਗੱਲ ਕਰੀਏ ਆਪਾਂ ਯੂਕੇ ਦੀ ਤਾਂ ਯੂਕੇ ਦੇ ਵਿੱਚ ਜਿਹੜੇ ਅੱਜ ਨਿਊ ਕੇਸ ਆਏ ਆ ਤਾਂ 26 ਤਰੀਕ ਨੂੰ ਅੱਜ ਜਿਹੜੇ ਨਿਊ ਕੇਸ ਆਏ ਆ ਯੂਕੇ ਦੇ ਵਿੱਚ 20999 ਕੇਸ ਆਏ ਆ ਤੇ ਜਿਹੜੀ ਡੈਥ ਹੋਈ ਆ ਯੂਕੇ ਦੇ ਵਿੱਚ ਅੱਜ ਵੀ ਕਾਫੀ ਜ਼ਿਆਦਾ ਡੈਥ ਹੋਈ ਹੈ 1631 ਜਣਿਆਂ ਦੀ ਅੱਜ ਡੈਥ ਹੋਈ ਆ ਤੇ ਜਰਮਨ ਦੇ ਵਿੱਚ ਦੇਖੀਏ ਤਾਂ ਜਰਮਨ ਦੇ ਵਿੱਚ ਹੀ ਅੱਜ 39389 ਕੇਸ ਆਏ ਆ ਤੇ ਜਿਹੜੀ ਉਰੇ ਡੈਥ ਹੋਈ ਆ 403 ਜਣਿਆਂ ਦੀ ਨਿਊ ਡੈਥ ਹੋਈ ਆ ਦੇ ਇਸ ਤੋਂ ਬਾਅਦ ਪੁਰਤਗਾਲ ਦੇ ਵਿੱਚ ਦੇਖੀ ਤਾਂ ਇਹ ਪੁਰਤਗਾਲ ਦੇ ਵਿੱਚ 10765 ਨਵੇਂ ਕੇਸ ਆਏ ਆ ਤੇ ਜਿਹੜੀ ਉਹਦੇ ਡੈਥ ਹੋਈ ਹੈ 291 ਜਣਿਆਂ ਦੀ ਨਿਊ ਡੈਥ ਹੋਈ ਹੈ ਪੁਰਤਗਾਲ ਦੇ ਵਿੱਚ ਤੇ ਇਟਲੀ ਦੀ ਅਪਡੇਟ ਆਈ ਜਿਹੜੀ ਹਜੇ ਆਈ ਨਹੀਂ ਹੈਗੀ ਤੇ ਠੀਕ ਆ ਜੀ ਫਿਰ ਮਿਲਦੇ ਆਪਾਂ ਫਿਰ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਹੋਰ ਖਬਰਾਂ ਦੇ ਨਾਲ ਹੋਰ ਅਪਡੇਟ ਦੇ ਨਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ